ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਬੱਬੀ ਦੀ ਵੈਜੀਟੇਰੀਅਨ ਕਿਚਨ ਦੇ ਵਿੱਚ। ਅੱਜ ਆਪਾਂ ਤੁਹਾਨੂੰ ਵੈਜੀਟੇਬਲਸ ਵਾਲੇ ਮਫਿਨਸ ਬਣਾ ਕੇ ਦਿਖਾਵਾਂਗੇ। ਤੁਸੀਂ ਵੀ ਦੇਖਿਓ ਬਣਾ ਕੇ, ਅਤੇ ਫਿਰ ਮੈਨੂੰ ਦੱਸਿਓ ਤੁਹਾਡੇ ਮਫਿਨਸ ਕਿੱਦਾਂ ਦੇ ਬਣੇ। ਵੀਡੀਓ ਦੇਖਦੇ ਹੁੰਦੇ ਤਾਂ ਲਾਈਕ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਆ ਜਾਓ ਫਿਰ ਆਪਾਂ ਬਣਾਉਣਾ ਸ਼ੁਰੂ ਕਰੀਏ। ਵੈਜੀਟੇਬਲ ਮਫਿਨਸ ਜਿਹੜੇ ਆਪਾਂ ਬਣਾਉਣ ਲੱਗੇ ਹਾਂ, ਉਹਦੇ ਲਈ ਅੱਧਾ ਕੱਪ ਬੇਸਣ ਲਿਆ ਹੈ ਮੈਂ, ਅੱਧਾ ਕੱਪ ਸੂਜੀ ਆ, ਥੋੜ੍ਹਾ ਜਿਹਾ ਓਲਿਵਸ ਲਏ ਆ, ਇਹ ਮੈਂ ਬਰੀਕ ਬਰੀਕ ਕੱਟ ਲਿਆ ਹੈ ਨਾ, 10 ਕੁ ਸੀਗੇ ਹੈ ਨਾ। ਫਰੈਸ਼ ਆਪਾਂ ਲਈ ਆ ਸ਼ਿਮਲਾ ਮਿਰਚ, ਅੱਧੀ ਰੈੱਡ ਸੀਗੀ, ਅੱਧੀ ਦੀ ਗ੍ਰੀਨ ਲਈ ਆ। ਇੱਕ ਗਾਜਰ ਕੱਟੀ ਆ ਬਰੀਕ ਬਰੀਕ ਹੈ ਨਾ, ਇੱਦਾਂ। ਅਤੇ ਥੋੜ੍ਹੇ ਜਿਹੇ ਮੈਂ ਇਹ 'ਚ ਲਈ ਆ ਕਿਸ਼ਮਿਸ਼, ਅਤੇ ਡਰਾਈ ਇਹ ਹੈਗਾ ਐਪਰੀਕੋਟ, ਆਪਸ਼ਨਲ ਆ, ਜੇ ਤੁਸੀਂ ਸਕਿੱਪ ਕਰਨਾ ਚਾਹੁੰਦੇ ਤਾਂ ਸਕਿੱਪ ਵੀ ਕਰ ਸਕਦੇ ਆ। ਬਾਕੀ ਜਿਹੜਾ ਸਮਾਨ ਆ, ਬੇਕਿੰਗ ਪਾਊਡਰ, ਬੇਕਿੰਗ ਸੋਡਾ, ਕਾਲੀਆਂ ਮਿਰਚਾਂ, ਦਹੀਂ, ਉਹ ਆਪਾਂ ਨਾਲ ਨਾਲ ਪਾ ਦੇਣਾ। ਬੇਸਣ ਜਿਹੜਾ ਆ ਉਹ ਆਪਾਂ ਇਹਦਾ ਛਾਣਨੀ 'ਚ ਛਾਣ ਕੇ ਲਵਾਂਗੇ, ਕਰਕੇ ਇਹਦੇ 'ਚ ਗੱਠੀ ਹੁੰਦੀ ਆ, ਇਹਨੂੰ ਨਾਲ ਨਾਲ ਇੱਦਾਂ ਛਾਣ ਲੈਣਾ, ਫਿਰ ਨਾਈਸ ਹੋ ਜੂਗਾ। ਬੇਸਣ ਆਪਾਂ ਛਾਣ ਲਿਆ ਆ, ਗ੍ਰਾਮ ਫਲੋਰ ਕਹਿ ਲਓ ਹੈ ਨਾ, ਹਾਫ ਕੱਪ ਸੂਜੀ। ਅਤੇ ਇਹਦੇ 'ਚ ਮੈਂ ਪਾਉਣ ਲੱਗੀ ਸੋਲਟ, ਸੋਲਟ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣਾ, ਮੈਂ ਹਾਫ ਟੀ ਸਪੂਨ ਪਾਇਆ ਇਹਦੇ 'ਚ। ਹੁਣ ਪਾਉਂਗੇ 'ਚ ਕਾਲੀਆਂ ਮਿਰਚਾਂ, ਜੇ ਤੁਸੀਂ ਹਰੀਆਂ ਪਾਉਣੀਆਂ ਚਾਹੁੰਦੇ ਤਾਂ ਹਰੀਆਂ ਵੀ ਪਾ ਸਕਦੇ ਆ, ਮੈਂ ਕਾਲੀਆਂ ਕ੍ਰਸ਼ ਕਰਕੇ ਪਾ ਦਿੰਦੀਆਂ, ਹਾਫ ਟੀ ਸਪੂਨ। 1 ਟੀਸਪੂਨ ਮੈਂ ਇਹ ਜੀਰਾ ਅਤੇ ਆਪਣੇ ਜਿਹੜੀ ਅਜਵੈਣ ਹੁੰਦੀ ਆ, ਦੋਨਾਂ ਨੂੰ ਰੋਸਟ ਕਰਕੇ ਇਹਨਾਂ ਦਾ ਫਾਈਨ ਪਾਊਡਰ ਬਣਾ ਲਿਆ। ਦੋਨਾਂ ਦਾ 1 ਟੇਬਲ ਸਪੂਨ ਆ, ਹਾਫ ਟੀ ਸਪੂਨ ਜੀਰਾ, ਹਾਫ ਟੀ ਸਪੂਨ ਅਜਵੈਣ। ਟੀਸਪੂਨ ਆਪਾਂ ਇਹਦੇ 'ਚ ਪਾਵਾਂਗੇ ਬੇਕਿੰਗ ਪਾਊਡਰ, ਇੱਦਾਂ ਸਭ ਤੋਂ ਛੋਟਾ ਜਿਹੜਾ ਚਮਚਾ ਹੁੰਦਾ ਆ, 2 ਕੁ ਪਿੰਚ ਕਹਿ ਲਓ ਹੈ ਨਾ, ਇਹ ਪਾਵਾਂਗੇ ਆਪਾਂ। ਬਾਇਕਾਰਬੋਨੇਟ ਸੋਡਾ, ਖਾਣ ਵਾਲਾ ਸੋਡਾ ਕਹਿ ਲਓ, ਮਿੱਠਾ ਸੋਡਾ ਇੰਡੀਆ ਕਹਿ ਦਿੰਦੇ ਆਪਾਂ। ਹੁਣ ਇਹਨੂੰ ਆਪਾਂ ਮਿਕਸ ਕਰ ਦੇਵਾਂਗੇ। ਉੱਧਰ ਓਵਨ ਆਪਾਂ 180 ਡਿਗਰੀ 'ਤੇ ਲਾਇਆ ਹੋਇਆ ਪ੍ਰੀਹੀਟ ਕਰਨ ਲਈ, ਉਹ 'ਤੇ ਉਹ ਗਰਮ ਹੋ ਰਿਹਾ ਆ ਹੈ ਨਾ, ਉਹ ਮੈਂ ਲਾਇਆ ਦਿਖਾਇਆ ਨਹੀਂ, ਮੈਂ ਓਵਨ ਪਹਿਲਾਂ ਹੀ ਔਨ ਕਰ ਦਿੱਤਾ ਹੈ ਨਾ। ਹੁਣ ਇਹ 'ਚ ਪਾਵਾਂਗੇ ਆਪਾਂ ਸ਼ਿਮਲਾ ਮਿਰਚ, ਦੋਨੇ ਜਿਹੜੀਆਂ ਕੱਟੀਆਂ ਹੋਈਆਂ ਰੈੱਡ ਵੀ ਅਤੇ ਗ੍ਰੀਨ ਵੀ, ਗਾਜਰਾਂ, ਓਲਿਵ, ਸੌਗੀ ਅਤੇ ਐਪਰੀਕੋਟ। ਹੁਣ ਆਪਾਂ ਇਹਨੂੰ ਮਿਕਸ ਕਰ ਦੇਵਾਂਗੇ ਚੰਗੀ ਤਰ੍ਹਾਂ ਪਹਿਲਾਂ। ਅਤੇ ਕੱਪ ਜਿਹੜੇ 'ਚ ਆਪਾਂ ਮਫਿਨਸ ਬਣਾਉਣੇ ਆ, ਉਹ ਮੈਂ ਇੱਦਾਂ ਇਹਨਾਂ ਨੂੰ ਗਰੀਸ ਕਰ ਲਿਆ ਸਾਰਿਆਂ ਨੂੰ, ਗਰੀਸ ਕਰਕੇ ਰੱਖ ਲਿਆ, ਫਿਰ ਇਹਦੇ 'ਚੋਂ ਗਰੀਸ ਦੇ ਨਾਲ ਛੇਤੀ ਕੱਢਣਾ ਸੌਖਾ ਹੋ ਜੂਗਾ ਹੈ ਨਾ। ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ। ਮਿਕਸ ਕਰਕੇ ਹੁਣ ਆਪਾਂ 2-3 ਵੱਡੇ ਟੇਬਲ ਸਪੂਨ ਜਿਹੜੇ ਹੁੰਦੇ ਆ, ਉਹ ਮੈਂ ਓਇਲ ਪਾਇਆ ਇਹਦੇ 'ਚ, ਵੈਜੀਟੇਬਲਸ ਓਇਲ, ਚਾਹੇ ਤੁਸੀਂ ਘਿਓ ਪਾ ਲਓ। ਹਾਫ ਕੱਪ ਦਹੀਂ ਇਹਦੇ 'ਚ ਘਰ ਦਾ ਜੰਮਿਆ ਹੋਇਆ, ਰੂਮ ਟੈਂਪਰੇਚਰ ਵਾਲਾ ਪਾਉਣਾ ਆ, ਫਰਿੱਜ 'ਚੋਂ ਕੱਢਿਆ ਹੋਇਆ ਠੰਡਾ ਨਹੀਂ ਪਾਉਣਾ ਹੈਗਾ, ਇੱਕਦਮ ਥੋੜ੍ਹਾ ਜਿਹਾ ਇਹਨੂੰ ਕੋਸਾ ਕਰ ਲੈਣਾ ਹੈ ਨਾ। ਇਹਨੂੰ ਹੁਣ ਆਪਾਂ ਮਿਕਸ ਕਰ ਦੇਣਾ ਚੰਗੀ ਤਰ੍ਹਾਂ, ਫਿਰ ਪਾਣੀ ਨਾਲ ਨਾਲ ਪਾ ਕੇ ਅੱਜ ਆਪਾਂ ਤੁਹਾਨੂੰ ਵੈਜੀਟੇਬਲਸ ਵਾਲੇ ਮਫਿਨਸ ਬਣਾ ਕੇ ਦਿਖਾਵਾਂਗੇ। ਤੁਸੀਂ ਵੀ ਦੇਖਿਓ ਬਣਾ ਕੇ, ਵੀਡੀਓ ਦੇਖਦੇ ਹੁੰਦੇ ਤਾਂ ਲਾਈਕ ਸ਼ੇਅਰ ਕਰਦੇ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ। ਆਪਾਂ ਹੁਣ ਨਾਲ ਨਾਲ ਪਾਣੀ ਥੋੜ੍ਹਾ ਥੋੜ੍ਹਾ ਇਹਦੇ 'ਚ ਪਾ ਦੇਣਾ ਹੈ, ਸੋਹਣਾ ਇਹਦਾ ਜਿਹੜਾ ਡੋ ਬੈਟਰ ਰੈਡੀ ਕਰ ਲੈਣਾ ਇਹਦਾ। ਆਪਾਂ ਇੰਨਾ ਕੁ ਪਤਲਾ ਇਹ ਕਰਨਾ ਹੈ, ਜ਼ਿਆਦਾ ਪਤਲਾ ਨਹੀਂ ਕਰਨਾ ਹੈਗਾ। ਹੁਣ ਇਹਨੂੰ ਆਪਾਂ ਇਹਨਾਂ ਦੇ ਵਿੱਚ ਪਾ ਲੈਣਾ ਹੈ ਨਾਲ ਨਾਲ, ਪਾ ਕੇ ਤਾਂ ਓਵਨ ਆਪਣਾ ਗਰਮ ਆ, ਉਹਦੇ 'ਚ ਰੱਖ ਲਈਏ, ਜ਼ਿਆਦਾ ਤਾਂ ਤੱਕ ਨਹੀਂ ਭਰਨਾ ਹੈਗਾ, ਫਿਰ ਜਦੋਂ ਇਹ ਫੁੱਲਣੇ ਆ ਫਿਰ ਜ਼ਿਆਦਾ ਬਾਹਰ ਨੂੰ ਆ ਜਾਣੇ ਹੈ ਨਾ। ਇੱਦਾਂ ਸਾਰਿਆਂ 'ਚ ਪਾ ਲਈਏ ਆਪਾਂ। ਆਪਾਂ 6 ਦੇ ਵਿੱਚ ਪਾ ਕੇ ਰੱਖ ਲਿਆ, ਹੁਣ ਇਹਨਾਂ ਨੂੰ ਆਪਾਂ ਓਵਨ ਦੇ ਵਿੱਚ ਰੱਖਦੇ ਹਾਂ। ਆਪਾਂ 6 ਮਫਿਨਸ ਵਿੱਚ ਰੱਖ ਦਿੱਤੇ ਆ, ਅਤੇ ਹੁਣ ਆਪਾਂ ਗੈਸ ਢੱਕਣ ਕਰ ਦੇਣਾ ਬੰਦ, ਓਵਨ ਦਾ। ਹੁਣ ਇਹਨੂੰ ਆਪਾਂ 15-20 ਮਿੰਟ ਇਹਦੇ 'ਚ ਰੱਖਾਂਗੇ, ਫਿਰ ਕੱਢ ਕੇ ਦਿਖਾਉਂਦੇ ਹਾਂ। ਮਫਿਨਸ ਨੂੰ ਰੱਖਿਆ ਨੂੰ 20 ਮਿੰਟ ਹੋ ਗਏ, ਹੁਣ ਆਪਾਂ ਇਹਨਾਂ ਨੂੰ ਕੱਢ ਕੇ ਦੇਖਦੇ ਹਾਂ, ਅਤੇ ਨਾਈਫ ਦੇ ਨਾਲ ਚੈੱਕ ਕਰਕੇ ਦੇਖਦੇ ਹਾਂ ਵੀ ਹੋ ਗਿਆ, ਕਲਰ ਤਾਂ ਬਹੁਤ ਸੋਹਣਾ ਆ ਗਿਆ ਹੈ ਨਾ। ਆਪਾਂ ਚੈੱਕ ਕਰਕੇ ਦੇਖਦੇ ਹਾਂ ਇੱਕ ਮਿੰਟ ਨਾਈਫ ਦੇ ਨਾਲ। ਇਹਨੂੰ ਮਫਿਨਸ ਆਪਣੇ ਹੋ ਗਏ ਰੈਡੀ, ਅਤੇ ਹੁਣ ਆਪਾਂ ਠੰਡੇ ਕਰ ਲਈਏ ਇਹਨਾਂ ਨੂੰ, ਫਿਰ ਡੈਕੋਰੇਟ ਕਰਕੇ ਦਿਖਾਉਂਦੀ ਹਾਂ। ਆਪਣੇ ਮਫਿਨਸ ਜਿਹੜੇ ਆ ਹੁਣ ਐਨ ਕੰਪਲੀਟਲੀ ਠੰਡੇ ਹੋ ਗਏ ਆ, ਹੁਣ ਆਪਾਂ ਇਹਨਾਂ ਨੂੰ ਡੈਕੋਰੇਟ ਕਰਾਂਗੇ। ਮੈਂ ਪੈਰੀ ਪੈਰੀ ਮੈਂ ਚੀ ਲਈ ਆ ਸੋਸ, ਵੈਜੀਟੇਰੀਅਨ ਆ, ਇੱਕ ਦੇ ਵਿੱਚ ਮੈਂ ਕੈਚਪ ਪਾਈ ਆ ਛੋਟੀ ਜਿਹੀ ਖੀਪ ਦੇ ਵਿੱਚ, ਇੱਕ ਦੇ ਵਿੱਚ ਸੋਸ ਪਾਈ ਹੈ ਨਾ ਇਹ। ਇਹਨਾਂ ਨੂੰ ਹੁਣ ਆਪਾਂ ਉੱਤੋਂ ਡੈਕੋਰੇਟ ਕਰਾਂਗੇ ਇਹਦੇ ਨਾਲ। ਲਓ ਜੀ ਆਪਾਂ ਉੱਤੇ ਇਹਨੂੰ ਡੈਕੋਰੇਟ ਕਰ ਲਿਆ। ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਦੇਖਿਓ ਬਣਾ ਕੇ, ਵੈਜੀਟੇਬਲਸ ਤੁਸੀਂ ਜਿਹੜੀ ਮਰਜ਼ੀ ਪਾ ਸਕਦੇ ਵਿੱਚ ਇਹਦੇ। ਥੈਂਕ ਯੂ ਵੈਰੀ ਮੱਚ।